ਸੋ ਆਪਾਂ ਇੰਡੀਆ ਦੇ ਵਿੱਚ ਤਾਂ ਗੁਰਦੁਆਰੇ ਦੇਗ ਲੈਂਦੇ ਹਾਂ ਬਾਹਰੋਂ, ਇੱਥੇ ਜਿਹੜੀ ਘਰੋਂ ਬਣਾ ਕੇ ਲਿਆਉਣੀ ਦੇਗ, ਇਹ 'ਚ ਲੋਕ 100 ਪ੍ਰਕਾਰ ਦੀਆਂ ਮਨਮੱਤਾਂ ਕਰਦੇ ਨੇ। ਵੈਸੇ ਮੈਂ ਪਹਿਲਾਂ ਤੋਂ ਇਹਦੇ ਹੱਕ 'ਚ ਨਹੀਂ ਸੀਗਾ, ਪਰ ਮੈਂ ਆਖਿਆ ਹੁਣ ਕਮੇਟੀਆਂ ਵਾਲੇ ਕਹਿਣਗੇ ਸਾਡੀ ਸੰਗਤ ਨੂੰ ਤੋੜਦਾ, ਹੁਣ ਉਹ ਆਪ ਹੀ ਹਟ ਗਏ। ਕਿਉਂ, ਅਸਲ ਵਿੱਚ ਘਰੇ ਆਂਡਾ ਮੀਟ, ਕਿਸੇ ਦੇ ਸ਼ਰਾਬ ਹੈ, ਕਿਸੇ ਦੇ ਘਰੇ ਮਰਿਆਦਾ ਨਹੀਂ, ਐਵੇਂ ਚੁੱਕ ਕੇ ਘਰੋਂ ਦੇਗ ਬਣਾ ਕੇ ਫਿਰ ਨਾਲ ਰਾਹ 'ਚ ਲਿਆਉਣੀ, ਜੁੱਤੀਆਂ ਪਾ ਕੇ ਮਹਾਰਾਜ ਨੇ ਛਕਣੀ ਹੁੰਦੀ ਆ ਉਹ, ਫਿਰ ਕੋਈ ਕਿਵੇਂ ਆ ਰਿਹਾ, ਕੋਈ ਕਿਵੇਂ ਆ ਰਿਹਾ। ਤਾਂ ਜਿਵੇਂ ਮਹਾਂਪੁਰਖਾਂ ਦੇ ਵੇਲੇ ਤੋਂ ਲੈ ਕੇ ਮਹਿਤੇ ਦੇਗ ਬਣਦੀ ਆ, ਉੱਤੇ ਚਾਲਣੀ ਲੱਗੀ ਹੋਈ ਆ ਕਮਰੇ 'ਚ, ਉੱਤੋਂ ਨਾ ਕੋਈ ਡਿੱਗ ਪਏ, ਪੰਜ ਸਿੰਘ ਏਸੀ ਇਸ਼ਨਾਨ ਕਰਦੇ ਆ, ਜਾਂ ਇਸ਼ਨਾਨ ਪਾਣੀ ਕਰਕੇ ਆਪਣਾ ਮੂੰਹ 'ਤੇ ਵੀ ਕੱਪੜਾ ਰੱਖਣਾ, ਬੋਲਣਾ ਨਹੀਂ, ਜਪਜੀ ਸਾਹਿਬ ਪੜ੍ਹੀ ਜਾਣਾ ਨਾਲ, ਫਿਰ ਅੱਗੇ ਜਲ ਛਿੜਕਦੇ ਜਾਣਾ ਲੋਹੇ ਦੇ ਭਾਂਡਿਆਂ 'ਚ। ਸੋ ਸਰਬਲੋਹ 'ਚ ਦੇਗ ਬਣਾਉਣੀ ਸਾਰੀ। ਸੋ ਇਸ ਤਰ੍ਹਾਂ ਫਿਰ ਉਹਦੇ ਕੋਲ ਬਹਿ ਕੇ ਕਿੰਨਾ ਪਾਠ ਕਰਨਾ, ਇਹ ਇੱਕ ਮਰਿਆਦਾ। ਹਜ਼ੂਰ ਸਾਹਿਬ ਦੀ ਜਿਹੜੀ ਮਰਿਆਦਾ ਉਹ ਬਹੁਤ ਸੋਹਣੀ ਹੈ, ਮੇਰੀ ਪਸੰਦ ਇੰਨੀ ਹੈ ਭਾਈ, ਸਾਰੇ ਗੁਰਮੁਖਾਂ ਨੂੰ ਜਦ ਦੱਸੀ ਦੀ ਕਹਿੰਦੇ ਵੈਸੇ ਬਚਨ ਤਾਂ ਠੀਕ ਹੈ। ਹਜ਼ੂਰ ਸਾਹਿਬ ਦੇਗ ਇਕੱਠੀ ਬਣ ਕੇ ਸਾਰੀ ਜਦੋਂ ਛਕਣ ਵੇਲੇ ਭਾਵ ਮਹਾਰਾਜ ਨੂੰ ਛਕਾਉਣੀ ਹੈ ਦੇਗ, ਉਸ ਤਰ੍ਹਾਂ ਦੀ ਹੋ ਕੇ ਉਨੀ ਕੁ ਗਰਮ ਦੇਗ ਅੰਦਰ ਰੱਖ ਕੇ ਅਰਦਾਸ ਦੇ ਟਾਈਮ ਉੱਥੇ ਇਕੱਠਾ ਭੋਗ ਲੱਗ ਜਾਂਦਾ, ਫਿਰ ਉਹ ਬਾਹਰ ਦੇਗ ਜਿਹੜੀ ਅੰਦਰ ਪੰਜਾਂ ਪਿਆਰਿਆਂ ਦੀ ਵਰਤਾ ਕੇ ਹੋਰ ਵਰਤਾ ਕੇ ਫਿਰ ਕਾਊਂਟਰ ਦੇ ਉੱਤੇ ਬਾਹਰ ਆ ਜਾਂਦੀ। ਉੱਥੋਂ ਫਿਰ ਆਪਾਂ ਲੈਂਦੇ ਹਾਂ 5 ਰੁਪਏ ਦੀ ਪਰਚੀ ਕਟਾਉਣ ਦੱਸਦੇ, ਉੱਥੋਂ ਦੇ ਲਓ ਬਈ ਘਰੇ ਲੈ ਜਾਓ, ਬਸ ਇਕੱਠੀ ਅਰਦਾਸ ਹੋ ਜਾਂਦੀ ਸਾਰਿਆਂ ਦੀ। ਹੁਣ ਜਿਹੜੀ ਹੋਰ ਥਾਵਾਂ ਉੱਤੇ ਦੇਗ ਵਰਤਦੀ ਆ, ਬੇਨਤੀ ਤਾਂ ਬੜੀ ਵਾਰ ਕੀਤੀ ਸੀਗੀ ਬਈ, ਮੈਂ ਆਪ ਵੀ ਰਿਹਾ ਡਿਊਟੀ 'ਤੇ SGPC ਦੇ ਵਿੱਚ, ਮੇਰੀ ਹੈੱਡ ਗ੍ਰੰਥੀ ਡਿਊਟੀ ਵੀ ਰਹੀ ਆ ਮੋਤੀ ਬਾਗ ਗੁਰਦੁਆਰਾ ਸਾਹਿਬ, ਦੁੱਖ ਨਿਵਾਰਨ ਸਾਹਿਬ ਵੀ ਡਿਊਟੀ ਰਹੀ, ਬੜਾ ਸਮਾਂ 20-25 ਸਾਲ ਲੱਗੇ ਆਪਣੇ SGPC 'ਚ। ਪਰ ਦੇਖਣ ਵਾਲੀ ਗੱਲ ਇਹ ਹੈ ਕਿ ਮੈਂ ਡੂਨੇ ਧਵਾ ਕੇ ਸਾਰੇ ਫੇਰ ਦੇਗ ਪਵਾਉਣੀ। ਹੁਣ ਕਈ ਵਾਰ ਡੂਨੇ ਪੱਤੇ ਜੇ ਖੋਲ੍ਹਣੇ, ਉਹ ਬਣ ਕੇ ਆਉਂਦੇ ਬਿਹਾਰ ਤੋਂ ਪਿੱਛੋਂ, ਉਹਦੇ ਵਿੱਚ ਕਈ ਵਾਰ ਜਰਦੇ ਦੀ ਪੁੜੀ ਨਿਕਲ ਆਉਣੀ, ਗੜੇ ਬੀੜੀ ਨਿਕਲ ਆਉਣੀ, ਬੀੜੀ ਦਾ ਬੰਡਲ ਨਿਕਲ ਆਉਣਾ, ਉਹ ਰੱਖ ਕੇ ਉਹਨਾਂ ਦੀ ਲੇਬਰ ਜੀ ਭੁੱਲ ਜਾਂਦੀ ਹੋਣੀ। ਯਾਨੀ ਬੜਾ ਦੁੱਖ ਲੱਗਦਾ ਸੀ ਮਨ ਨੂੰ ਵੀ ਡਿਊਟੀ 'ਤੇ ਹੁਣ ਕੀ ਕਹੀਏ, ਕਹਿ ਹੀ ਸਕਦੇ ਨਹੀਂ ਗੇ ਕੁਛ। ਪਰ ਹੁਣ ਇਹ ਸੰਗਤ ਦੇ ਦਰਬਾਰ 'ਚ ਮੈਂ ਗੱਲ ਰੱਖ ਦਿੱਤੀ, ਤੁਸੀਂ ਸਾਰੀ ਸੰਗਤ ਹੋ, ਇਸ ਗੱਲ ਨੂੰ ਈਮੇਲਾਂ ਕਰੋ, ਚਾਹੇ ਚਿੱਠੀਆਂ ਪਾਓ ਸ਼੍ਰੋਮਣੀ ਕਮੇਟੀ ਨੂੰ ਇਸ ਗੱਲ ਦੀ, ਵੀ ਭਾਈ ਮੈਂ ਇਹਨਾਂ ਨੂੰ ਕਿਹਾ ਸੀ ਖਾਸ ਗੱਲ ਨਹੀਂ, ਪਲੇਟਾਂ ਜਿਹੜੀਆਂ ਸਟੀਲ ਦੀਆਂ ਲੈ ਲਓ, ਸੇਵਾਦਾਰ ਹੀ ਹੈ, ਸੇਵਾਦਾਰ ਹੋਰ ਰੱਖ ਲਓ, ਉਹਨੂੰ ਮਾਂਜ ਲਓ, ਫਿਰ ਇਹ ਜਿਹੜੇ ਡੂਨਿਆਂ ਜਿਹਾਂ 'ਚ ਲਿਜਾਣੀਏ, ਇਹ ਜੂਠੇ ਹੁੰਦੇ ਨੇ, ਚੰਗੇ ਨਹੀਂ ਹੁੰਦੇ। ਸੋ ਨਾਲੇ ਆਪਾਂ ਆਪ ਤਾਂ ਖਾਣੇ ਥਾਲੀ 'ਚ ਰੋਟੀ, ਵਧੀਆ ਕੌਲੀਆਂ ਲੈ ਕੇ ਮਹਾਰਾਜ ਨੂੰ ਡੂਨੇ 'ਚ ਭੋਗ ਲਵਾਉਂਦੇ ਹਾਂ, ਮੇਰੇ ਮਨ 'ਚ ਨਹੀਂ ਉਹ ਚੰਗੀ ਲੱਗਦੀ ਗੱਲ। ਇੱਕ ਜਿਹੜੀਆਂ ਪਰਚੀਆਂ ਕੱਢ ਕੇ ਦਿੰਦੇ, ਉਹਦੇ 'ਤੇ ਇੱਕ ਓਂਕਾਰ ਹਰੇਕ ਪਰਚੀ 'ਤੇ ਲਿਖਿਆ, ਸਾਰੀ ਜਿੰਨੇ ਵੀ ਆ। ਆਹ ਪੰਜਾਬ ਐਂਡ ਸਿੰਧ ਬੈਂਕ ਵਾਲਿਆਂ ਨੂੰ ਮੈਂ ਕਿਹਾ ਸੀ ਪੰਜਾਬ, ਕਹਿੰਦੇ ਜੀ ਉੱਪਰ ਤੁਸੀਂ ਅਰਜ਼ੀ ਲਿਖ ਕੇ ਉਹ ਭੇਜੋ ਡਾਇਰੈਕਟਰ ਨੂੰ, ਪਤਾ ਨਹੀਂ ਕਿਹੜਾ ਉਹਨਾਂ ਦਾ ਹੁੰਦਾ। ਮੈਂ ਕਿਹਾ ਤੁਸੀਂ ਸਾਰਾ ਇੰਨੀ ਗੁਰਬਾਣੀ ਦੀ ਨਰਾਦਰੀ ਕਰਦੇ ਹੋ, ਇੱਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ, ਉਹਨਾਂ ਦੇ ਉੱਤੇ ਲਿਖਿਆ ਹੋਇਆ ਹਰੇਕ ਰਜਿਸਟਰ 'ਤੇ, ਹਰੇਕ ਕਾਪੀ 'ਤੇ, ਚਾਹੇ ਕੋਈ ਬੰਦਾ ਬੀੜੀਆਂ ਪੀਣ ਵਾਲਾ ਲੈਂਦਾ, ਚਾਹੇ ਕੋਈ ਬੰਦਾ ਕੋਈ ਲੈਂਦਾ। ਫਿਰ ਉਹਨਾਂ ਦਾ ਸਟਾਫ ਪਾੜ ਪਾੜ ਕੇ ਡਸਟਬਿਨ 'ਚ ਸਿੱਟੀ ਜਾਂਦਾ, ਉਹ ਫਿਰ ਬਾਹਰ, ਮੈਂ ਸਾਡੇ ਘਰ ਦੇ ਕੋਲ ਹੀ ਬੈਂਕ ਆ, ਉਹ ਸਾਰੇ ਉੱਥੇ ਬਾਹਰ ਖਿਲਰੇ ਪਏ ਹੁੰਦੇ ਕੂੜੇ ਜਿਹੇ 'ਚ। 10ਵੇਂ ਪਾਤਸ਼ਾਹ ਦੀ ਬਾਣੀ ਹੈ, ਸ਼ਹੀਦਾਂ ਦੀ ਬਾਣੀ ਹੈ, ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਲਿਖਿਆ, ਇੰਨਾ ਰੋਲਦੇ ਨੇ ਥੱਲੇ ਪੈਰਾਂ 'ਚ ਛਿੱਟੇ ਹੁੰਦੇ ਰਜਿਸਟਰ ਜੇ ਉਹ, ਅਤੇ ਤੁਹਾਨੂੰ ਕੀ ਲੋੜ ਹੈ ਲਿਖਣ ਦੀ ਉੱਥੇ ਬਾਣੀ। ਸੋ ਇਸ ਤਰ੍ਹਾਂ ਜਿਹੜੇ ਇੱਕ ਓਂਕਾਰ ਪਰਚੀਆਂ 'ਤੇ ਲਿਖਿਆ ਹੁੰਦਾ, ਉਹ ਪਰਚੀਆਂ ਦੇ ਇੰਨੀ ਬੇਅਦਬੀ ਹੁੰਦੀ ਆ। ਮੈਂ ਆਪਣੀ ਨਿਗਰਾਨੀ 'ਚ ਅੱਗ ਲਵਾਉਂਦਾ ਸੀ, ਉੱਥੇ ਪਾਪ ਪਰਚੀਆਂ ਸਾੜ ਦਿੰਦੇ ਜਾਂ ਸੜਾਉਣੀਆਂ ਹੁੰਦੀਆਂ ਸੀਗੀਆਂ, ਬਥੇਰਾ ਬੇਨਤੀਆਂ ਕੀਤੀਆਂ, ਪਰ ਉਹ ਕੋਈ ਖਾਸ ਧਿਆਨ ਨਹੀਂ ਦਿੰਦਾ ਇੱਦਾਂ ਨੂੰ। ਸੋ ਇੱਕ ਓਂਕਾਰ ਦਾ ਇੰਨਾ ਸਤਿਕਾਰ ਨਹੀਂ ਗਾ। ਇੱਕ ਓਂਕਾਰ ਸਤਿਗੁਰ ਪ੍ਰਸਾਦ ਨੂੰ ਹੀ ਲਿਖ ਛੱਡਦੇ ਆਪਾਂ, ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਬਾਣੀ ਰੋਲੀ ਪਈ ਹੈ। ਜਦ ਤੱਕ ਇਹ ਬਾਣੀ ਰੁਲਦੀ ਰਹੂ, ਆਪਾਂ ਰੁਲਦੇ ਰਹਾਂਗੇ ਉਦੋਂ ਤੱਕ, ਜਦੋਂ ਬਾਣੀ ਆਪਣੇ ਸਹੀ ਥਾਂ 'ਤੇ ਆ ਗਈ। ਇੱਕ ਪਾਸੇ ਗੁਰੂ ਗ੍ਰੰਥ ਸਾਹਿਬ 'ਤੇ ਨਿਰਮਾਲੇ ਪਾਉਂਦੇ ਹਾਂ, ਇੱਕ ਪਾਸੇ ਹਰਿਮੰਦਰ ਸਾਹਿਬ ਦੇਖੋ ਕਿਵੇਂ ਪਾਲਕੀ 'ਚ ਸਰੂਪ ਆਉਂਦੇ ਸਰੂਪ ਜਾਂਦੇ ਨੇ, ਇੱਕ ਪਾਸੇ ਗੁਰਬਾਣੀ ਦੀ ਨਰਾਦਰੀ ਇੰਨੀ ਜ਼ਿਆਦਾ ਹੁੰਦੀ ਹੈ। ਅਤੇ ਇਸ ਗੱਲ ਉੱਤੇ ਜਦੋਂ ਅਸੀਂ ਕਹਿੰਦੇ ਹਾਂ ਤਾਂ ਉਦੋਂ
ਬਹੁਤ ਸਾਰੇ ਲੋਕ ਕਹਿੰਦੇ ਜੀ ਇਹਨਾਂ ਪ੍ਰਚਾਰ ਹੁੰਦਾ ਰਸਾਲਿਆਂ 'ਚ ਆਉਂਦੀ ਬਾਣੀ ਅਖਬਾਰਾਂ 'ਚ ਆਉਂਦੀ ਹੈ ਉਹ ਦੇਖੋ ਵਿਚਾਰ ਵਾਲੀ ਗੱਲ ਹੈ ਪੰਜਾਬ 'ਚ ਅਖਬਾਰਾਂ 'ਚ ਠੀਕ ਹੈ ਸੋਮਵਾਰ ਨੂੰ ਧਰਮ 'ਤੇ ਵਿਰਸਾ ਆਉਂਦਾ ਉਹਦੇ 'ਤੇ ਬਾਣੀ ਬਹੁਤ ਲਿਖੀ ਹੁੰਦੀ ਕਈ ਮਾਈਆਂ ਕੀ ਗੱਲ ਨਿਆਣੇ ਆ ਜਾਂ ਲੈਟਰਨ ਵਗੈਰਾ ਕਰਦੇ ਆ ਉਹਦੇ ਉੱਤੇ ਕਰਾ ਦਿੰਦੇ ਨੇ ਉਹਨੂੰ ਸਾਫ਼ ਕਰਕੇ ਸੁੱਟ ਦਿੰਦੇ ਨੇ ਗਲੀਆਂ 'ਚ ਕਈ ਜਾਣੇ ਜਿਹੜੇ ਆ ਫਿਰ ਉਹ ਇਹਨਾਂ ਅਖਬਾਰਾਂ ਦੇ ਉੱਤੇ ਹੋਰ ਵੀ ਗੰਦੀਆਂ ਚੀਜ਼ਾਂ ਰੱਖ ਕੇ ਖਾਂਦੇ ਆ ਮੇਰੇ ਖਿਆਲ 'ਚ ਇਹ ਪ੍ਰਚਾਰ ਇਸ ਤਰ੍ਹਾਂ ਨਹੀਂ ਹੈ ਆਪਾਂ ਤਾਂ ਸੀਡੀਆਂ ਦੇ ਉੱਤੇ ਵੀ ਲਿਖਵਾਇਆ ਹੋਇਆ ਗੁਰਬਾਣੀ ਸੀਡੀਜ਼ ਦਾ ਸਤਿਕਾਰ ਕਰੋ ਜੀ ਸੀਡੀਆਂ ਵੀ ਐਂ ਨਹੀਂ ਕਿ ਪੈਰਾਂ ਵਿੱਚ ਰੁਲਣੀਆਂ ਨੇ ਵੀ ਇੱਧਰ ਉੱਧਰ ਸਿੱਟ ਛੱਡਣੀਆਂ ਨੇ ਜਿੰਨਾ ਗੁਟਕਾ ਸਾਹਿਬ ਪੋਥੀ ਨੂੰ ਆਪਾਂ ਸਤਿਕਾਰ ਨਹੀਂ ਸੀਡੀ ਨੂੰ ਧਿਆਨ ਨਾਲ ਰੱਖਿਆ ਕਰੋ ਕਈ ਵਾਰ ਦੇਖਿਓ ਕਾਰਾਂ ਵਿੱਚ ਪੈਰਾਂ ਜਾਂ ਜੀ ਪਈਆਂ ਹੁੰਦੀਆਂ ਨੇ ਗੁਰਬਾਣੀ ਦਾ ਸਤਿਕਾਰ ਤਾਂ ਗੁਰਬਾਣੀ ਦਾ ਹੀ ਹੈ ਨਾ ਇਹ ਆਪਣੀ ਪਰਿਵਾਰਕ ਪੰਥਕ ਪਰਿਵਾਰ ਦੀ ਇੱਕ ਵਿਚਾਰ ਹੈ ਆਪਸ ਵਿੱਚ ਇਹ ਸਾਰੇ ਆਪਾਂ ਕਿਸੇ 'ਤੇ ਕਿੰਤੂ ਨਹੀਂ ਕਰਦੇ ਨਾ ਆਪਾਂ ਵਿਰੋਧੀ ਹਾਂ ਕਿਉਂਕਿ ਆਪਾਂ ਤਾਂ ਉੱਥੋਂ ਹੀ ਹੁਕਮ ਲੈਣੇ ਸਾਰੇ ਆਪਾਂ ਤਾਂ ਮਿਲ ਕੇ ਚੱਲਣ ਦੀ ਗੱਲ ਕਰਦੇ ਹਾਂ ਸਤਿਕਾਰ ਕਿੱਥੇ ਕਿੱਥੇ ਕਿਵੇਂ ਕਿਵੇਂ ਹੋਣਾ ਚਾਹੀਦਾ ਇਹ ਮੇਰੇ ਇਕੱਲੇ ਦੇ ਨਾਲ ਨਹੀਂ ਇਹ ਸਾਰੇ ਜਾਣੇ ਵਿਚਾਰ ਕਰਕੇ ਆਪਣਾ ਬੇਨਤੀਆਂ ਭੇਜੋ ਉੱਥੇ ਨੂੰ ਸ਼੍ਰੋਮਣੀ ਕਮੇਟੀ 'ਚ ਨੂੰ ਈਮੇਲਾਂ ਕਰ ਦਿਓ ਭਾਈ ਵੀ ਆਹ ਸਾਡਾ ਸੁਝਾਅ ਹੈ ਸੰਗਤ ਦਾ ਇਸ ਤਰ੍ਹਾਂ ਮੈਂ ਇਹਨਾਂ ਨੂੰ ਬੇਨਤੀ ਕੀਤੀ ਵੀ ਹਜ਼ੂਰ ਸਾਹਿਬ ਵਾਲੀ ਮਰਿਆਦਾ ਆਪਾਂ ਇੱਥੇ ਕਰ ਲਈਏ ਉਹ ਇਕੱਠਾ ਲਵਾ ਦਿਆ ਕਰੀਏ ਅਤੇ ਬਾਹਰ ਸੰਗਤ ਨੂੰ ਦੇਣੀ ਹੋਈ ਦੇਗ ਪੰਜ ਰੁਪਏ ਦੀ ਪਰਚੀ ਦੱਸ ਦੀ ਜੀ ਸੌ ਦੀ ਤੁਸੀਂ ਦੇ ਹੀ ਜਾਓ ਅਤੇ ਅਰਦਾਸ ਜਿਹੜੀ ਉਹ ਇਕੱਠੀ ਹੋ ਜਾਂਦੀ ਹੁੰਦੀ ਅੰਦਰ ਚਲੋ ਖੈਰ ਰਹੋ ਵਿਚਾਰ ਇਹ ਅੱਜ ਕੁਦਰਤੀ ਮਹਾਰਾਜ ਵੱਲੋਂ ਹੀ ਪ੍ਰੇਰਨਾ ਹੋ ਜਾਂਦੀ ਵੀ ਆਹ ਗੱਲ ਬੋਲਣੀ